ਮਾਰਨਿੰਗ ਸਲਾਈਟ ਪਿਆਰੇ ਬੱਚਿਓ, ਅੱਜ ਮਿਤੀ 3 ਸਤੰਬਰ 2024, ਦਿਨ ਮੰਗਲਵਾਰ, ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਟਿਊਜ਼ਡੇ ਕਹਿੰਦੇ ਹਾਂ, TUESDAY, ਟਿਊਜ਼ਡੇ। ਆਓ ਕਰਦੇ ਹਾਂ ਅੱਜ ਦਾ ਵਿਚਾਰ, ਇਮਾਨਦਾਰੀ ਚੰਗੀ ਨੀਤੀ ਹੈ। ਪਿਆਰੇ ਬੱਚਿਓ, ਅੱਜ ਦੇ ਵਿਚਾਰ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜ਼ਿੰਦਗੀ ਵਿੱਚ ਇਮਾਨਦਾਰ ਹੋਣਾ ਬਹੁਤ ਹੀ ਜ਼ਰੂਰੀ ਹੈ। ਬੱਚਿਓ, ਹਰੇਕ ਉਹ ਵਿਅਕਤੀ ਜੋ ਆਪਣਾ ਕਰਮ, ਜੋ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ, ਪਰਮਾਤਮਾ ਹਮੇਸ਼ਾ ਉਹਨਾਂ ਦੇ ਨਾਲ ਖੜ੍ਹਦੇ ਹਨ ਅਤੇ ਜ਼ਿੰਦਗੀ ਵਿੱਚ ਕਦੇ ਵੀ ਕੋਈ ਔਕੜਾਂ, ਤਕਲੀਫਾਂ ਨਹੀਂ ਆਉਣ ਦਿੰਦੇ। ਬੱਚਿਓ, ਇਮਾਨਦਾਰੀ ਨਾਲ ਕੀਤੇ ਗਏ ਕੰਮ ਵਿੱਚ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ, ਇੱਕ ਅਲੱਗ ਹੀ ਖੁਸ਼ੀ ਹੁੰਦੀ ਹੈ। ਸੋ ਬੱਚਿਓ, ਜ਼ਿੰਦਗੀ ਵਿੱਚ ਹਮੇਸ਼ਾ ਇਮਾਨਦਾਰ ਬਣਨ ਦੀ ਕੋਸ਼ਿਸ਼ ਕਰਨਾ, ਹਰ ਕੰਮ ਹਰ ਕਰਮ ਨੂੰ ਇਮਾਨਦਾਰੀ ਨਾਲ ਕਰਨਾ। ਬੱਚਿਓ, ਆਪਣੇ ਕਰਮ ਆਪਣੇ ਕੰਮ ਨੂੰ ਕਦੇ ਵੀ ਬੇਈਮਾਨੀ ਨਾਲ ਨਹੀਂ ਕਰਨਾ। ਬੱਚਿਓ, ਹਰ ਇੱਕ ਉਹ ਵਿਅਕਤੀ ਜੋ ਆਪਣਾ ਕਰਮ, ਜੋ ਆਪਣਾ ਕੰਮ, ਜੋ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ ਹੈ, ਉਸ ਦੀ ਸਮਾਜ ਵਿੱਚ ਇੱਕ ਅਲੱਗ ਹੀ ਪਹਿਚਾਣ ਹੁੰਦੀ ਹੈ। ਇਮਾਨਦਾਰੀ ਨਾਲ ਕੀਤੇ ਗਏ ਕੰਮ ਕਰਕੇ ਸਾਡੀ ਜ਼ਿੰਦਗੀ ਬਹੁਤ ਹੀ ਆਸਾਨ ਹੁੰਦੀ ਹੈ। ਪਰਮਾਤਮਾ ਹਮੇਸ਼ਾ ਮਿਹਰ ਪ੍ਰਿਆਤ ਰੱਖਦੇ ਹਨ, ਸਾਨੂੰ ਕਠਿਨਾਈਆਂ ਡਿਫੀਕਲਟੀਜ਼ ਆਦਿ ਤੋਂ ਬਚਾ ਕੇ ਰੱਖਦੇ ਹਨ। ਬੱਚਿਓ, ਇਮਾਨਦਾਰ ਵਿਅਕਤੀ ਨੂੰ ਹਰ ਕੋਈ ਪਸੰਦ ਕਰਦਾ ਹੈ ਅਤੇ ਹਰ ਕੋਈ ਵਿਅਕਤੀ ਕੋਈ ਵੀ ਕੰਮ, ਕੋਈ ਵੀ ਡਿਊਟੀ ਅਜਿਹੇ ਵਿਅਕਤੀ ਨੂੰ ਸੌਂਪਣ ਵਿੱਚ ਕਦੇ ਵੀ ਗੁਰੇਜ਼ ਨਹੀਂ ਕਰਦਾ ਅਤੇ ਹਰੇਕ ਵਿਅਕਤੀ ਨੂੰ ਵਿਸ਼ਵਾਸ ਹੁੰਦਾ ਹੈ ਕਿ ਇਮਾਨਦਾਰ ਵਿਅਕਤੀ ਉਸਦੇ ਕੰਮ, ਉਸਦੇ ਕਰਮ ਨੂੰ ਬਹੁਤ ਹੀ ਚੰਗੀ ਤਰ੍ਹਾਂ ਲਗਨ ਦੇ ਨਾਲ, ਮਨ ਦੇ ਨਾਲ ਨਿਭਾਉਣਗੇ। ਬੱਚਿਓ, ਜ਼ਿੰਦਗੀ ਵਿੱਚ ਇਮਾਨਦਾਰ ਹੋਣਾ ਇੱਕ ਬਹੁਤ ਹੀ ਵੱਡਾ ਗੁਣ ਹੈ। ਸੋ ਬੱਚਿਓ, ਕੋਸ਼ਿਸ਼ ਕਰਨੀ ਕਿ ਜਦੋਂ ਵੀ ਤੁਹਾਨੂੰ ਕੋਈ ਕਰਮ, ਜਦੋਂ ਵੀ ਕੋਈ ਤੁਹਾਨੂੰ ਡਿਊਟੀ ਜਾਂ ਕੰਮ ਸੌਂਪਿਆ ਜਾਂਦਾ ਹੈ ਤਾਂ ਉਸ ਨੂੰ ਮਨ ਲਾ ਕੇ ਲਗਨ ਦੇ ਨਾਲ, ਇਮਾਨਦਾਰੀ ਨਾਲ ਕਰਨਾ। ਆਓ ਕਰਦੇ ਹਾਂ ਗਿਆਨ ਵਿਗਿਆਨ। ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ? ਬੱਚਿਓ, ਪੰਜਾਬ ਦੇ 23 ਜ਼ਿਲ੍ਹੇ ਹਨ। ਸੂਰਜ ਪਰਿਵਾਰ ਵਿੱਚ ਕਿਹੜੇ ਕਿਹੜੇ ਗ੍ਰਹਿ ਹਨ? ਸੂਰਜ ਪਰਿਵਾਰ ਦੇ ਵਿੱਚ ਬੁੱਧ, ਸ਼ੁੱਕਰ, ਪ੍ਰਿਥਵੀ, ਮੰਗਲ, ਬ੍ਰਹਿਸਪਤੀ, ਸ਼ਨੀ, ਯੂਰੇਨਸ, ਨੈਪਚੂਨ ਆਦਿ ਗ੍ਰਹਿ ਹਨ। ਸਾਡੀ ਰਾਸ਼ਟਰੀ ਮਠਿਆਈ ਕਿਹੜੀ ਹੈ? ਬੱਚਿਓ, ਸਾਡੀ ਰਾਸ਼ਟਰੀ ਮਠਿਆਈ ਜਲੇਬੀ ਹੈ। ਅਨੀਮੀਆ ਕਿਸ ਖਣਿਜ ਦੀ ਘਾਟ ਕਾਰਨ ਹੁੰਦਾ ਹੈ? ਬੱਚਿਓ, ਅਨੀਮੀਆ ਲੋਹੇ ਦੀ ਘਾਟ ਕਾਰਨ ਹੁੰਦਾ ਹੈ। 100 ਇਕਾਈਆਂ ਕਿੰਨੇ ਸੈਂਕੜੇ ਦੇ ਬਰਾਬਰ ਹੁੰਦੀਆਂ ਹਨ? ਬੱਚਿਓ, 100 ਇਕਾਈਆਂ 1 ਸੈਂਕੜੇ ਦੇ ਬਰਾਬਰ ਹੁੰਦੀਆਂ ਹਨ। ਆਓ ਬੁਝੀਏ ਜਾਂ ਅੱਜ ਦੀ ਬੁਝਾਰਤ। ਬਿਮਾਰ ਨਹੀਂ ਰਹਿੰਦੀ ਫਿਰ ਵੀ ਖਾਂਦੀ ਗੋਲੀ, ਬੱਚੇ ਬੁੱਢੇ ਸਭ ਡਰ ਜਾਂਦੇ ਸੁਣ ਕੇ ਇਸ ਦੀ ਬੋਲੀ। ਪਿਆਰੇ ਬੱਚਿਓ, ਜੋ ਅੱਜ ਦੀ ਬੁਝਾਰਤ ਹੈ ਉਸ ਦਾ ਉੱਤਰ ਹੈ ਬੰਦੂਕ। ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ। ਫਸਟ ਵਰਡ ਇਜ਼ ਹੰਗਰੀ, HUNGRY, ਹੰਗਰੀ। ਹੰਗਰੀ ਯੂ ਮੀਨ ਭੁੱਖਾ। ਥਰਸਟੀ, THIRSTY, ਥਰਸਟੀ। ਥਰਸਟੀ ਮੀਨਸ ਪਿਆਸਾ। ਸਨੀ, SUNNY, ਸਨੀ। ਸਨੀ ਮੀਨਸ ਬਹੁਤ ਜ਼ਿਆਦਾ ਧੁੱਪ ਹੋਣਾ। ਵਾਮ, WARM, ਵਾਮ। ਵਾਮ ਮੀਨ ਬੱਚਿਓ ਗਰਮ ਜਾਂ ਗੁੱਸਾ। ਪਿਆਰੇ ਬੱਚਿਓ, ਇਹ ਸੀ ਸਾਡੀ ਅੱਜ ਦੀ ਮੋਰਨਿੰਗ ਸਲਾਈਡ। ਆਸ ਕਰਦਾ ਹਾਂ ਕਿ ਜੋ ਵੀ ਅੱਜ ਤੁਸੀਂ ਸੁਣਿਆ ਹੈ ਉਸ ਨੂੰ ਰਿਵਾਈਜ਼ ਕਰੋਗੇ
ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਰਹੋਗੇ। ਥੈਂਕ ਯੂ ਬੇਟਾ ਜੀ।